ਬੋਲੀਏ ਜਗਤ ਗੁਰੂ ਭਗਵਾਨ ਸ਼੍ਰੀ ਚੰਦਨ ਮਹਾਰਾਜ ਕੀ ਜੈ। ਆਓ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤੀ ਪਵਿੱਤਰ ਅਸਥਾਨ ਉਦਾਸੀਨ ਆਸ਼ਰਮ ਡੇਰਾ ਮੰਦਰ ਕਾ ਪਿੰਡ ਬਰੇ ਸਾਹਿਬ ਜ਼ਿਲ੍ਹਾ ਮਾਨਸਾ ਜਿੱਥੇ ਸੰਤ 1008 ਸ਼੍ਰੀ ਹੰਸਦਾਸ ਜੀ ਦੁੱਧਾਧਾਰੀ ਮਹਾਰਾਜ ਜੀ ਦੀ 68ਵੀਂ ਸਾਲਾਨਾ ਬਰਸੀ ਸੰਤ 108 ਸ਼੍ਰੀ ਵਾਸੁਦੇਵ ਜੀ ਮਹਾਰਾਜ ਜੀ ਦੀ 32ਵੀਂ ਸਾਲਾਨਾ ਬਰਸੀ ਸੰਤ 108 ਬਾਬਾ ਆਤਮਾ ਰਾਮ ਜੀ ਦੀ 16ਵੀਂ ਸਾਲਾਨਾ ਬਰਸੀ ਅਤੇ ਸੰਤ 108 ਬਾਬਾ ਜਮਣਾ ਦਾਸ ਜੀ ਦੀ 6ਵੀਂ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਮਾਘੀ ਦਾ ਪਵਿੱਤਰ ਦਿਹਾੜਾ ਅਤੇ ਸਾਲਾਨਾ ਮਹਾਨ ਸੰਤ ਸਮਾਗਮ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਗਿਆ। ਅਸਥਾਨ ਦੇ ਮੌਜੂਦਾ ਗੱਦੀਨਸ਼ੀਨ ਸ਼੍ਰੀਮਾਨ ਮਹੰਤ ਜਗਦੀਸ਼ ਮੁਨੀ ਜੀ, ਵੈਦ ਲਖਵਿੰਦਰ ਸ਼ਰਮਾ, ਸੇਵਾਦਾਰ ਕਮਲ ਕੁਮਾਰ ਬਬਲੂ ਅਤੇ ਸਮੂਹ ਨਗਰ ਨਿਵਾਸੀ ਨਗਰ ਪੰਚਾਇਤ ਅਤੇ ਇਲਾਕੇ ਦੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾਂ ਮੌਕੇ ਆਰੰਭ ਕੀਤੇ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਅਤੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਜਿਨ੍ਹਾਂ ਵਿੱਚ ਮਹੰਤ ਸ਼ਾਂਤਾਨੰਦ ਜੀ ਬੀਰੋਕੇ, ਮਹੰਤ ਨਿਰਮਲ ਦਾਸ ਜੀ ਲੋਪੋ, ਮਹੰਤ ਮੱਘਰਦਾਸ ਜੀ ਮਹਿਲਾ ਚੌਂਕ, ਮਹੰਤ ਪੁਰਸ਼ੋਤਮ ਦਾਸ ਜੀ ਮਾਨਸਾ ਖੁਰਦ, ਮਹੰਤ ਦਰਸ਼ਨ ਮੁਨੀ ਜੀ ਭੀਖੀ, ਮਹੰਤ ਕ੍ਰਿਸ਼ਨ ਮੁਨੀ ਜੀ ਭੀਖੀ, ਮਹੰਤ ਨੌਮੀ ਦਾਸ ਜੀ ਥੂਹੀ, ਮਹੰਤ ਕੇਸਰਦਾਸ ਜੀ ਅਹਿਮਦਪੁਰ, ਮਹੰਤ ਗੁਰਮੁਖ ਦਾਸ ਜੀ ਬਘਰੌਲ, ਮਹੰਤ ਰਾਮਦਾਸ ਜੀ ਚੱਠਾ, ਮਹੰਤ ਰੁੜਕੀ ਦਾਸ ਜੀ ਵੀਰਕਲਾਂ, ਮਹੰਤ ਪੂਰਨ ਦਾਸ ਜੀ ਬਲਾਡਾ, ਮਹੰਤ ਰਵੀ ਪ੍ਰਕਾਸ਼ ਜੀ ਮੰਡਾਲੀ, ਮਹੰਤ ਰਮੇਸ਼ਵਰ ਦਾਸ ਜੀ ਮੋਮ, ਮਹੰਤ ਕੇਵਲ ਦਾਸ ਜੀ ਡੇਰਾ ਹਕਤਾਲਾ ਸਰਦੂਲਗੜ੍ਹ, ਮਹੰਤ ਲਛਮਣ ਦਾਸ ਜੀ ਚਹਿਲਾਂ ਵਾਲੀ, ਮਹੰਤ ਬੀਰਬਲ ਦਾਸ ਜੀ ਸਮੂਰਾ, ਮਹੰਤ ਚਰਨ ਦਾਸ ਜੀ ਸਫੀਪੁਰ, ਮਹੰਤ ਸ਼ਿਵਦਾਸ ਜੀ ਡਿੱਗੀ ਢਾਣੀ, ਮਹੰਤ ਕੇਸਰਦਾਸ ਜੀ ਸਰਦੂਲਗੜ੍ਹ, ਮਹੰਤ ਰਵੀ ਗਿਰ ਜੀ ਖੇੜੀ, ਮਹੰਤ ਬੂਟਾ ਦਾਸ ਜੀ ਟਾਹਲੀਆਂ, ਮਹੰਤ ਗੰਗਾ ਰਾਮ ਜੀ ਕੋਠਾ ਗੁਰੂ ਅਤੇ MLA ਪ੍ਰਿੰਸੀਪਲ ਬੁੱਧ ਰਾਮ ਜੀ ਉਚੇਚੇ ਤੌਰ 'ਤੇ ਪੁੱਜੇ ਹੋਏ ਸਨ। ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ, ਇਸ ਦਰ ਤੇ ਆ ਕੇ ਦੇਖ ਜਰਾ, ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ, ਇਸ ਦਰ ਤੇ ਆ ਕੇ ਵੇਖ ਜਰਾ, ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ, ਇਸ ਦਰ ਤੇ ਆ ਕੇ ਵੇਖ ਜਰਾ, ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ, ਇਸ ਦਰ ਤੇ ਆ ਕੇ ਵੇਖ ਜਰਾ। ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ, ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ, ਅੱਖੀਆਂ ਵਿੱਚ ਬਾਬੇ ਨਾਨਕ ਦੀ
ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜਰਾ ਹੋਈ ਕਿਸਮਤ ਬਣਨੇ ਨੂੰ ਇੱਥੇ ਇੱਕ ਵੀ ਪਲ ਨਹੀਂ ਲੱਗਦਾ ਤੂੰ ਖਾਕ ਦਾਤੇ ਦੇ ਚਰਨਾਂ ਦੀ ਮਸਤਕ ਨੂੰ ਲਾ ਕੇ ਵੇਖ ਜਰਾ ਤੂੰ ਖਾਕ ਦਾਤੇ ਦੇ ਚਰਨਾਂ ਦੀ ਮਸਤਕ ਨੂੰ ਲਾ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਕੱਢਣਾ ਏ ਇਸ ਦਰ ਤੇ ਆ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਕੱਢਣਾ ਏ ਇਸ ਦਰ ਤੇ ਆ ਕੇ ਵੇਖ ਜਰਾ ਬਾਬੇ ਨਾਨਕ ਜੀ ਤਸਵੀਰ ਵਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਜੀ ਤਸਵੀਰ ਵਸਾ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਘਟਣਾ ਏ ਇਸ ਦਰ ਤੇ ਆ ਕੇ ਆਪਣੇ
ਰੁੱਸੇ ਪ੍ਰੀਤ ਮਨੂ। ਸੰਸਾਰ ਤੇ ਲੋਕ ਆਉਂਦੇ ਨੇ ਤੇ ਚਲੇ ਜਾਂਦੇ ਨੇ, ਪਰ ਸਾਧੂਆਂ ਦਾ ਆਉਣਾ ਇਸ ਤਰ੍ਹਾਂ ਨਹੀਂ ਹੁੰਦਾ। ਸੰਤ ਆਉਂਦੇ ਨੇ, ਸੰਗਤਾਂ ਨੂੰ ਉਤਾਰਦੇ ਨੇ, ਕਿਉਂਕਿ ਆਪ ਨਹੀਂ ਆਉਂਦੇ, ਇਸ ਪਰਮਾਤਮਾ ਦੇ ਭੇਜੇ ਹੋਏ ਆਉਂਦੇ ਨੇ। ਸੋ ਆ ਕੇ ਇਹਨਾਂ ਨੇ ਇੱਕੋ ਹੀ ਕੰਮ ਕਰਨਾ ਹੁੰਦਾ, ਨਾਮ ਜਪਣਾ ਤੇ ਜਪਾਉਣਾ। ਸੋ ਜਿੱਥੇ ਮਹਾਰਾਜ ਨੇ ਇੱਥੇ ਆਪ ਤਪੱਸਿਆ ਕੀਤੀ ਹੈ, ਉੱਥੇ ਸੰਤਾਂ ਨੂੰ ਵੀ ਨਾਮ ਦੇ ਨਾਲ ਜੋੜੇਗਾ, ਜੋ ਕਿ ਮਹਾਂਪੁਰਸ਼ਾਂ ਦਾ ਆਪਾਂ ਇੱਕ ਜੇ ਪ੍ਰਸੰਗ ਦੇਖੀਏ ਉਹਦੇ ਵਿੱਚ ਇੱਕ ਬਜ਼ੁਰਗਾਂ ਤੋਂ ਸੁਣਦੇ ਹਾਂ ਆਪਾਂ ਕਿ ਬਾਬਾ ਹੰਸਦਾਸ ਜੀ ਮਹਾਰਾਜ ਦੁੱਧਾਧਾਰੀ ਜੀ, ਜੋ ਕਿ ਇੱਥੇ ਦਵਾਚੀ ਨਹੀਂ ਹੁੰਦੀ ਸੀ ਪਹਿਲਾਂ, ਸੋ ਮਹਾਰਾਜ ਨੇ ਇੱਥੇ ਚਰਨ ਮੁਬਾਰਕ ਪਾਏ, ਇਸ ਸਥਾਨ ਨੂੰ ਚੜ੍ਹਦੀ ਕਲਾ ਕੀਤੀ, ਤਪੱਸਿਆ ਕੀਤੀ। ਕਹਿੰਦੇ ਜਦੋਂ ਮਹਾਰਾਜ ਜੀ ਪਿੰਡ ਦੇ ਵਿੱਚ ਡਾਲੀ ਕਰਨ ਜਾਂਦੇ ਸੀਗੇ, ਹੁਣ ਪਿੱਛੋਂ ਕਈ ਐਸੇ ਵੀ ਹੁੰਦੇ ਨੇ ਕਿ ਝੜੀ ਦੇ ਵਿੱਚ ਮਖੈਲ ਲੱਗਿਆ ਹੋਇਆ ਚੋਕੇ ਲਿਆਉਂਦੇ ਆ। ਸੋ ਜਦੋਂ ਚਿਉਣ ਵਾਸਤੇ ਆਉਂਦੇ ਤੇ ਅੱਗੇ ਮਹਾਰਾਜ ਇੱਥੇ ਵੀ ਟੱਕਰ ਜਾਂਦੇ ਉਹਨਾਂ ਨੂੰ। ਜਦੋਂ ਕਹਿੰਦੇ ਭਾਈ ਕੀ ਗੱਲ, ਮਖਿਆਲ ਚੋਣ ਗਿਆ ਸੀਗਾ, ਕੀ ਗੱਲ? ਕਹਿੰਦੇ ਜੀ ਮਹਾਰਾਜ ਬਾਬੇ ਤਾਂ ਇੱਥੇ ਸੀਗੇ। ਉਹ ਪਿੰਡ ਵਾਲੇ ਕਹਿੰਦੇ ਨਹੀਂ ਵੀ ਸੰਤਾਂ ਡਾਲੀ ਕਰ ਰਹੇ ਨੇ। ਸੋ ਐਸੀ ਸੰਤਾਂ ਦੀ ਮਾਇਆ ਸੀ ਜਿਵੇਂ ਆਪਾਂ ਕਹਿੰਦੇ ਡਬਲ ਰੋਲ, ਉੱਥੇ ਵੀ ਹਾਜ਼ਰ ਤੇ ਇੱਥੇ ਵੀ ਹਾਜ਼ਰ ਆ। ਔਰ ਕਿੰਨੇ ਹੀ ਹੋਰ ਜੇ ਆਪਾਂ ਕਹੀਏ, ਆਪਣਾ ਜੋ ਖੋਹੀ ਲੱਗੀ ਹੋਈ ਹੈਗੀ, ਇੱਥੇ ਇੱਕ ਕੁੰਡ ਬਣਿਆ ਹੋਇਆ ਜੋ ਕਿ ਹੁਣ ਤਾਂ ਸੁਧਾਰ ਕੀਤਾ ਹੋਇਆ, ਉੱਪਰ ਕਰ ਲਿਆ। ਜਿਸ ਸਮੇਂ ਕਹਿੰਦੇ ਕੁੰਡ ਬਣਾਇਆ ਗਾ, ਇੱਥੋਂ ਦਾ ਮਿਸਤਰੀ ਹੁੰਦਾ ਸੀਗਾ ਆਪਣੇ ਪੂਰਨ ਮਿਸਤਰੀ, ਪੂਰਨ ਨੂੰ ਬੁਲਾ ਲਿਆ, ਰਾਧੇ ਪੰਡਿਤ ਨੂੰ ਭੇਜ ਕੇ ਕਿ ਰਾਧੇ ਜਾ ਭਾਈ ਮਿਸਤਰੀ ਪੂਰਨ ਨੂੰ ਲੈ ਕੇ ਆ, ਮਹਾਰਾਜ ਕੀ ਕਰਵਾਉਣਾ। ਕਹਿੰਦੇ ਆਪਾਂ ਇਹ ਕੁੰਡ ਬਣਾਉਣੇ ਨਹਾਉਣ ਵਾਸਤੇ, ਇੱਥੇ ਕੋਲੇ ਨਲਕਾ ਲੱਗਿਆ ਹੋਇਆ। ਸੋ ਮਿਸਤਰੀ ਨੂੰ ਬੁਲਾਇਆ ਗਿਆ, ਕਹਿੰਦੇ ਭਾਈ ਦੱਸ ਦੇ ਸਵਾਲ ਕਿੰਨਾ ਕੁ ਚਾਹੀਦਾ ਹੈਗਾ। ਕਹਿੰਦੇ ਮਹਾਰਾਜ ਦੋ ਤਿੰਨ ਬੋਰੀਆਂ ਦਾ ਸਮਿੰਟ ਦੇ ਲਿਆ ਕੇ ਰੱਖੋ, ਸਾਰਾ ਰਾਸ਼ਨ ਦੱਸਿਆ ਵੀ ਆਹ ਕੁਛ ਲੱਗਣਾ ਹੈਗਾ ਮਟੀਰੀਅਲ। ਸੰਤ ਦਾ ਕਹਿੰਦੇ ਭਾਈ ਸਾਡੇ ਕੋਲ ਤਾਂ ਇੱਕੋ ਹੀ ਬੋਰੀ ਹੈ, ਇਹ ਵੀ ਖੁੱਲੀਆਂ ਮਾੜਾ ਮੋਟਾ ਲੱਗਿਆ ਹੋਇਆ। ਕਹਿੰਦੇ ਮਹਾਰਾਜ ਫੇਰ ਤਾਂ ਕੁੰਡ ਬਣਨਾ ਨੀ ਹੈਗਾ ਇਹ। ਉਹ ਕਹਿੰਦੇ ਭਾਈ ਤੂੰ ਕੰਮ ਦਾ ਸ਼ੁਰੂ ਕਰ, ਸੇਵਾ ਦਾ ਸ਼ੁਰੂ ਕਰ। ਕੁਝ ਦਿਨ ਤਾਂ ਮਿਸਤਰੀ ਪਹਿਲਾਂ ਆਇਆ ਨੀ ਹੈਗਾ ਕਿ ਬਾਬਾ ਜੀ ਤਾਂ ਕਹੀ ਜਾਂਦੇ ਨੇ ਕਿ ਬਣਾ ਦੇ ਬਣਨਾ ਹੈ ਨੀ ਗਾ, ਵਿਚਾਰੇ ਕੰਮ ਰਹੂਗਾ, ਬੇਇੱਜ਼ਤੀ ਵਾਲਾ ਕੰਮ ਹੋ ਜਾਣਾ ਇਹ ਤਾਂ। ਸੋ ਦੁਬਾਰੇ ਬੁਲਾਇਆ ਕਿ ਭਾਈ ਤੂੰ ਇੱਥੇ ਸੇਵਾ ਕਰ, ਪਰ ਇੱਕ ਕੰਮ ਕਰੀ। ਕਹਿੰਦੇ ਰਾਧੇ ਆਹ ਲਾਲ ਕੱਪੜਾ ਚੱਕ ਲੈ ਇੱਕ, ਇਹ ਬੋਰੀ ਤੇ ਦੇ ਦੇ, ਜਿੰਨਾ ਸਮਿੰਟ ਦੀ ਲੋੜ ਹੋਵੇ ਬਾਟੇ ਨਾਲ ਕੱਢ ਲਿਆ ਕਰਿਓ, ਸਾਰਾ ਇਕੱਠਾ ਨੀ ਕੱਢਣਾ ਹੈਗਾ, ਬਾਟੇ ਨਾਲ ਸਮਿੰਟ ਕੱਢ ਲਿਓ, ਜਿੰਨਾ ਲੱਗ ਜੇ ਦੁਬਾਰਾ ਫੇਰ ਲਾ ਲਿਓ। ਇਸ ਤਰ੍ਹਾਂ ਮਿਸਤਰੀ ਨੇ ਡਰਦੇ ਡਰਦੇ ਨੇ ਸੇਵਾ ਸ਼ੁਰੂ ਕਰਤੀ, ਤੇ ਸੰਤ ਮਹਾਰਾਜ ਵੀ ਬਾਹਰ ਝੜੀ ਚ ਜਾ ਕੇ ਬਹਿ ਗਏ ਆਸਣ ਲਾ ਕੇ, ਦੇਖੀ ਜਾ ਰਹੇ ਨੇ। ਕਹਿੰਦੇ ਸ਼ਾਮ ਹੋਈ ਹੈ, ਇਧਰੋਂ ਕੁੰਡ ਵੀ ਤਿਆਰ ਹੋ ਗਿਆ, ਤੇ ਮਹਾਂਪੁਰਸ਼ਾਂ ਨੇ ਆ ਕੇ ਪੁੱਛਿਆ ਕਿ ਕਿਉਂ ਭਾਈ ਮਿਸਤਰੀ ਪੂਰਨ ਸਿਆ ਕੁੰਡ ਬਣ ਗਿਆ? ਕਹਿੰਦੇ ਮਹਾਰਾਜ ਆਪ ਦੀ ਕਿਰਪਾ ਜਿਹੜਾ ਕੁੰਡ ਬਣ ਗਿਆ। ਕਹਿੰਦੇ ਫਿਰ ਸਮਿੰਟ ਕਹਿੰਦੇ ਦੇਖ ਜਾ ਕੇ ਕਿੰਨਾ ਕਹਿਗਾ। ਸੋ ਜਦੋਂ ਜਾ ਕੇ ਦੇਖਿਆ, ਜਿੰਨਾ ਸਮਿੰਟ ਸੀ ਓਨਾ ਹੀ ਸੀਗਾ, ਬਿਲਕੁਲ ਨਹੀਂ ਘੜਿਆ। ਬੋਲੋ ਸੰਤ ਮਹਾਰਾਜ ਕੀ ਜੈ।
ਸੋ ਇਸ ਤਰ੍ਹਾਂ ਜੈ ਜੈਕਾਰਾਂ ਹੁੰਦੀਆਂ ਨੇ ਮਹਾਂਪੁਰਸ਼ਾਂ ਦੀਆਂ। ਸੋ ਆਪਣੇ ਵੱਡੇ ਭਾਗ ਨੇ ਜੋ ਆਪਾਂ ਇੱਥੇ ਆ ਕੇ ਸ਼ਰਧਾ ਨਾਲ ਆਉਂਦੇ ਹਾਂ। ਹਰ ਸਾਲ ਬਰਸੀ ਮਨਾਈ ਜਾਂਦੀ ਹੈ ਮਹਾਂਪੁਰਸ਼ਾਂ ਦੀ, ਜੋ ਕਿ ਇੱਥੇ ਆ ਕੇ ਨਤਮਸਤਕ ਹੁੰਦੇ ਨੇ, ਆਪੋ ਆਪਣੀ ਇੱਥੇ ਸ਼ੁਕਰਾਨੇ ਕਰਦੇ ਨੇ। ਜਿਸ ਤਰ੍ਹਾਂ ਕਿ ਕੋਈ ਪੁੱਤਰ ਦੀ ਦਾਤ ਮੰਗਦਾ, ਕੋਈ ਪੋਤਰੇ ਦੀ ਮੰਗਦਾ, ਕੋਈ ਪੜ੍ਹਾਈ ਦੀ, ਕੋਈ ਬਾਹਰ ਜਾਣ ਦੀ, ਜਿਸਦੀ ਜੈਸੀ ਵੀ ਇੱਛਾ ਹੈ ਤੰਦਰੁਸਤੀ ਵਗੈਰਾ ਦੀ, ਇੱਥੇ ਆ ਕੇ ਨਤਮਸਤਕ ਹੁੰਦੇ ਨੇ ਔਰ ਭਗਵਾਨ ਕਿਰਪਾ ਕਰਦੇ ਨੇ, ਉਹਨਾਂ ਦੀਆਂ ਮਨੋਕਾਮਨਾਵਾਂ ਪੂਰਨ ਵੀ ਹੁੰਦੀਆਂ ਨੇ। ਹੁਣ ਜਿੰਨੇ ਆਪਣੇ ਅਖੰਡ ਪਾਠ ਹੋਏ ਨੇ, 21 ਹੋਏ ਨੇ, ਇਹਨਾਂ ਦੇ ਵਿੱਚੋਂ ਬਹੁਤ ਐਸੇ ਨੇ ਜਿਨ੍ਹਾਂ ਦੇ ਵਿੱਚ ਪੁੱਤਰਾਂ ਦੀਆਂ ਦਾਤਾਂ ਤੇ ਪੋਤਰਿਆਂ ਦੀਆਂ ਦਾਤਾਂ ਨੇ। ਸੋ ਐਸੇ ਮਹਾਂਪੁਰਸ਼ਾਂ ਦਾ ਇਹ ਜੋ ਸਥਾਨ ਹੈਗਾ ਬੜਾ ਪੂਜਣ ਯੋਗ ਹੈ। ਸੋ ਆਪ ਆਉਂਦੇ ਹੋ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਆਉਂਦੇ ਹੋ ਇਸੇ ਤਰ੍ਹਾਂ ਹੀ ਸ਼ਰਧਾ ਸਤਿਕਾਰ ਦੇ ਨਾਲ ਆਉਂਗੇ ਤੇ ਕੁਛ ਲੈ ਕੇ ਜਾਓਗੇ। ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚੋਂ ਹੁਕਮਨਾਮਾ ਸਾਹਿਬ ਲੈਣ ਉਪਰੰਤ ਸਾਡੇ ਰਿਪੋਰਟਰ ਗੌਰਵ ਕਾਕ ਸ਼ੇਪਰ ਨਾਲ ਗੱਲਬਾਤ ਕਰਦਿਆਂ ਅਸਥਾਨ ਦੇ ਮੌਜੂਦਾ ਗੱਦੀ ਨਸ਼ੀਨ ਸ਼੍ਰੀਮਾਨ ਮਹੰਤ ਜਗਦੀਸ਼ ਮੁਨੀ ਜੀ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਈਆਂ ਸੰਗਤਾਂ ਦਾ, ਸੇਵਾਦਾਰਾਂ ਦਾ ਅਤੇ ਸੰਤਾਂ ਮਹਾਂਪੁਰਸ਼ਾਂ ਦਾ ਧੰਨਵਾਦ ਵੀ ਕੀਤਾ ਗਿਆ। ਵਾਹਿਗੁਰੂ 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 ਸੇਵਾ ਗੁਰ ਪ੍ਰਸਾਦ
ਬੀਬੀ ਅਤੇ ਸੇਵਾਦਾਰ ਵੱਲੋਂ ਤਿਆਰ ਕੀਤੇ ਗਏ ਗੁਰੂ ਕੇ ਲੰਗਰ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਂਪੁਰਸ਼ਾਂ ਦੀ ਸ਼੍ਰੀ ਮਾਨ ਮਹੰਤ ਜਗਦੀਸ਼ ਮੁਨੀ ਜੀ, ਮੌਜੂਦਾ ਗੱਦੀਨਸ਼ੀਨ ਉਦਾਸੀਨ ਆਸ਼ਰਮ ਡੇਰਾ ਮੰਦਰਕਾ ਪਿੰਡ ਬਰੇ ਸਾਹਿਬ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਂਪੁਰਸ਼ਾਂ ਨੂੰ ਜੀ ਆਇਆਂ ਵੀ ਆਖਿਆ ਗਿਆ। ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆਪਣੀ ਸ਼ਰਧਾ ਦਾ ਆਪ ਸਬੂਤ ਦੇ ਰਿਹਾ ਸੀ। ਸੇਵਾਦਾਰ ਆਉਂਦੇ ਸੰਗਤਾਂ ਦੇ ਵਾਹਨਾਂ ਦੀ ਸਹੀ ਪਾਰਕਿੰਗ ਕਰਵਾ ਰਹੇ ਸਨ। ਉਦਾਸੀਨ ਆਸ਼ਰਮ ਡੇਰਾ ਮੰਦਰਕਾ ਪਿੰਡ ਬਰੇ ਸਾਹਿਬ ਜ਼ਿਲ੍ਹਾ ਮਾਨਸਾ ਤੋਂ ਗੌਰਵ ਗਗ ਸ਼ੇਰਪੁਰ ਦੀ ਇੱਕ ਖਾਸ ਰਿਪੋਰਟ। ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ ਜਿੰਦੇ
ਤੂੰ ਤਰੇਣ ਸਾਧੂਆਂ ਦੀ ਹੋ ਜਾਣੀ ਜਿੰਦੇ ਤੂੰ ਤਰੇਣ ਸਾਧੂਆਂ ਸਾਧੂਆਂ ਦੀ ਰੇਣ ਸਾਧੂਆਂ ਦੀ ਸਾਧੂਆਂ ਦੀ ਹੋ ਜਾਣੀ ਜਿੰਦੇ ਤੂੰ ਤਾਂ ਰੇਣ ਸਾਧੂਆਂ ਜਾਰੀ ਜਿੰਦੇ ਤੂੰ ਤਾਂ ਰਹਿਣ ਸਾਧੂਆਂ ਦੀ ਮਾਗ ਮਜਨ ਸੰਗ ਸਾਧੂਆਂ ਤੂੜੀ ਕ੍ਰਿਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਪੁੱਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੇ ਲੋਭ ਸੁਆਨ ਸੱਚੇ ਮਾਰਗ ਚਲਦਿਆਂ
ਜੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੈ ਦਇਆ ਕਰ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਣ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁਚੇ ਸੇ ਕਾਢੀਐ ਮਾਗ ਸੁਚੇ ਸੇ ਕਾਢੀਐ ਜਿਨ ਪੂਰਾ ਗੁਰ ਮਿਹਰਬਾਨ ਪੂਜਾ ਨੀ ਜਿੰਦੇ ਤਾਂ ਰਹਿਣ ਸਾਧੂਆਂ ਦੀ ਪੂਜਾ ਨੀ ਜਿੰਦੇ ਤੂੰ ਤਾਂ ਰਹਿਣ ਸਾਧੂਆਂ ਦੀ ਜੀਵਨ ਸਫਲ ਹੋ ਜਾਵੇ ਸੰਗ ਕਰ ਸਾਧੂਆਂ ਦਾ ਤੇਰਾ ਜੀਵਨ ਸਫਲ ਹੋ ਜਾਵੇ ਸੰਗ ਕਰ ਸਾਧੂਆਂ ਦਾ ਸਫਲ ਹੋ ਜਾਵੇ ਸਫਲ ਹੋ ਜਾਵੇ ਸਫਲ ਹੋ ਜਾਵੇ ਸੰਗ ਕਰ ਸਾਧੂਆਂ ਦਾ ਤੇਰਾ ਜੀਵਨ ਸਫਲ ਹੋ ਜਾਵੇ ਸੰਗ ਕਰ ਸਾਧੂਆਂ ਦਾ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਨਗਰ ਨੇ ਬੜੀ ਕਿਰਪਾ ਕੀਤੀ ਹੈ ਮਹਾਰਾਜ ਹੰਸਦਾਸ ਬਾਬਾ ਦੁੱਧਾਧਾਰੀ ਮਹਾਰਾਜ ਜੀ ਦੀ ਬਰਸੀ ਨੂੰ ਲੈ ਕੇ, ਬਾਬਾ ਵਾਸਦੇਵ ਮਹਾਰਾਜ ਜੀ ਦੀ ਬਰਸੀ ਨੂੰ ਲੈ ਕੇ, ਬਾਬਾ ਆਤਮਾ ਰਾਮ ਮਹਾਰਾਜ ਜੀ ਦੀ ਬਰਸੀ ਨੂੰ ਲੈ ਕੇ
ਸਾਡੇ ਗੁਰਦੇਵ ਗੁਰੂ ਜਮਨਾਦਾਸ ਮਹਾਰਾਜ ਦੀ ਬਰਸੀ ਨੂੰ ਲੈ ਕੇ ਸਾਰੇ ਹੀ ਨਗਰ ਨੇ ਬੜਾ ਵੱਡਾ ਸੰਯੋਗ ਦਿੱਤਾ ਹੈ। ਕਈ ਦਿਨਾਂ ਤੋਂ ਲੈ ਕੇ ਖੰਡ ਭਾਟਾਂ ਦੀ ਲੜੀ ਚੱਲ ਰਹੀ ਸੀ, ਜਿਨ੍ਹਾਂ ਦੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਸੰਗਤਾਂ ਨੇ ਦੂਰੋਂ ਨੇੜਿਓਂ ਚੱਲ ਕੇ ਦਰਸ਼ਨ ਪਾਏ ਹਨ। ਭੋਗ ਦੇ ਸਮੇਂ ਦੇ ਉੱਤੇ ਆ ਕੇ ਸਭ ਸੰਗਤਾਂ ਨੇ ਮੋਹ ਭਾਵਨਾ ਲੈ ਕੇ ਦਰਸ਼ਨ ਪਾਏ ਹਨ। ਜੋ ਵੀ ਭਾਵਨਾਵਾਂ ਲੈ ਕੇ ਆਈਆਂ ਸੰਗਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਬੇ ਸਮਾਧਾਂ ਵਾਲੇ ਸਭ ਦੀਆਂ ਮੋਹ ਭਾਵਨਾਵਾਂ ਪੂਰੀਆਂ ਕਰਨ, ਲੰਗਰ ਖੇੜੇ ਵਿੱਚ ਸ਼ਾਂਤੀ ਬਖਸ਼ਣ, ਮਹਾਰਾਜ ਚੜ੍ਹਦੀ ਕਲਾ ਬਖਸ਼ੇ ਸਭ ਨੂੰ। ਕਈ ਦਿਨਾਂ ਤੋਂ ਲੈ ਕੇ ਸਾਡੀਆਂ ਮਾਵਾਂ ਭੈਣਾਂ ਮਾਤਾ ਨੇ ਲੰਗਰਾਂ ਦੀ ਸੇਵਾ ਕੀਤੀ ਹੈ। ਸਾਰੀਆਂ ਮਾਤਾ ਭੈਣਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਬੇ ਸਮਾਧਾਂ ਵਾਲੇ ਰਾਤ ਚੌਗਣੇ ਦਿਨ ਚੌਗਣਾ ਤਰੱਕੀਆਂ ਬਖਸ਼ਣ, ਲੰਗਰ ਨੂੰ ਚੜ੍ਹਦੀ ਕਲਾ ਬਖਸ਼ ਰੱਖਣ। ਪੂਰਨ ਪਰਮਾਤਮਾ ਸਾਰੇ ਹੀ ਨਗਰ 'ਤੇ ਕਿਰਪਾ ਰੱਖੇ। ਨਗਰ ਦੀਆਂ ਜੋ ਵੀ ਸੰਗਤਾਂ ਲਾਉਣ ਲੱਗਦਾ ਇਲਾਕਾ ਸੰਗਤਾਂ ਜਾਂ ਸਾਰੇ ਇਲਾਕੇ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੁੱਖ ਸ਼ਾਂਤੀ ਬਖਸ਼ਣ। ਜੋ ਮੇਰੇ ਵੀਰ ਦੇਸਾਂ ਵਿਦੇਸ਼ਾਂ ਦੇ ਵਿੱਚ ਬਹਿ ਕੇ ਵੀ ਗੁਰੂ ਮਹਾਰਾਜ ਦੀ ਬਾਣੀ ਨਾਲ ਜੁੜ ਰਹੇ ਨੇ, ਖੰਡ ਪਾਠ ਕਰਵਾ ਰਹੇ ਨੇ, ਉਹਨਾਂ ਨੂੰ ਵੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ, ਸਾਰੇ ਨਗਰ ਨੂੰ ਚੜ੍ਹਦੀ ਕਲਾ ਬਖਸ਼ੇ। ਜੋ ਵੀ ਇਲਾਕਿਓਂ ਨੇੜਿਓਂ ਦੂਰੋਂ ਸੰਗਤਾਂ ਚੱਲ ਕੇ ਆਈਆਂ ਹਨ, ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ, ਆਪਣੀ ਨਾਮ ਬਾਣੀ ਨਾਲ ਜੋੜ ਕੇ ਰੱਖੇ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬੜੀ ਕਿਰਪਾ ਹੈ। ਮੇਰੇ ਕਈ ਦਿਨਾਂ ਤੋਂ ਲੈ ਕੇ ਸੇਵਾਦਾਰ ਵੀਰਾਂ ਨੇ ਵੀ ਦਿਨ ਰਾਤ ਚੌਗਣੀ ਕਰਕੇ ਸੇਵਾ ਕੀਤੀ ਹੈ। ਗੁਰੂ ਮਹਾਰਾਜ ਦੇ ਚਰਨਾਂ 'ਚ ਆਪਣਾ ਜੀਵਨ ਸਫਲ ਕਰਿਆ ਹੈ ਸੇਵਾ ਕਰਕੇ। ਜੋ ਵੀ ਮੋਹ ਭਾਵਨਾਵਾਂ ਲੈ ਕੇ ਸੇਵਾ ਕੀਤੀਆਂ ਹਨ ਗੁਰੂ ਮਹਾਰਾਜ ਮੋਹ ਭਾਵਨਾਵਾਂ ਸਾਧੀਆਂ ਪੂਰੀਆਂ ਕਰਨ, ਨਗਰ ਖੇੜੇ ਨੂੰ ਚੜ੍ਹਦੀ ਕਲਾ ਬਖਸ਼ਣ। ਸਾਡਾ ਬਹੁਤ ਭਾਗਾਂ ਵਾਲਾ ਨਗਰ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਚਰਨ ਪ੍ਰਾਪਤ ਧਰਤੀ ਹੈ। ਗੁਰੂ ਸਾਹਿਬ ਨੇ ਬੜੇ ਇੱਥੇ ਚਰਨ ਚਾਰ ਲਾਏ ਹਨ। ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਵੱਧ ਚੜ੍ਹ ਕੇ ਬਾਬਾ ਹੰਸਦਾਸ ਮਹਾਰਾਜ ਦੁੱਧਾਧਾਰੀ ਮਹਾਰਾਜ ਜੀ ਨੇ ਵੀ ਇਸ ਨਗਰ ਦੇ ਵਿੱਚ ਤਪੱਸਿਆ ਕੀਤੀ ਹੈ। ਜਿੰਨੇ ਵੀ ਸੰਤ ਹੋਏ ਹਨ ਜਾ ਰਹੇ ਇੱਕ ਤੋਂ ਦੂਜੇ ਤੋਂ ਵੱਧ ਕੇ ਸਾਰੇ ਨੇ ਇਹ ਡੇਰੇ ਦੇ ਵਿੱਚ ਤਪੱਸਿਆ ਕੀਤੀ ਹੈ, ਸਾਰੇ ਨਗਰ ਨੂੰ ਉਤਾਰਿਆ ਹੈ, ਲਵੇ ਲਵੇ ਨਗਰਾਂ ਨੂੰ ਸਾਰਿਆਂ ਨੂੰ ਉਤਾਰਿਆ ਹੈ। ਜੋ ਵੀ ਕੋਈ ਇੱਥੇ ਸ਼ਰਧਾ ਨਾਲ ਡੇਰੇ ਦੇ ਵਿੱਚ ਭਾਵਨਾਵਾਂ ਲੈ ਕੇ ਆਉਂਦੇ ਹਨ ਗੁਰੂ ਮਹਾਰਾਜ ਸਾਹਿਬ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਹਨ। ਜੋ ਵੀ ਇੱਥੇ ਕੋਈ ਦੁਖੀ ਆਉਂਦਾ ਹੈ, ਰੋਂਦਾ ਆਉਂਦਾ ਹੈ, ਪਰ ਮਹਾਰਾਜ ਦੇ ਦਰ 'ਤੇ ਆ ਕੇ ਇੱਥੋਂ ਹੱਸਦੇ ਤੁਰੇ ਜਾਂਦੇ ਹਨ। ਜੋ ਵੀ ਪਰਮਾਤਮਾ ਦੇ ਦਰ 'ਤੇ ਆ ਕੇ ਖੁਸ਼ੀਆਂ ਪਾਉਂਦੇ ਹਨ ਉਹ ਹੋਰ ਕਿਤੋਂ ਨਹੀਂ ਪੈਂਦੀਆਂ। ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਉਦਾਸੀਨ ਭੇਖ ਚਲਾਇਆ ਹੋਇਆ ਹੈ। ਬੜੀ ਇਹ ਬਾਬੇ ਸ਼੍ਰੀ ਚੰਦਰ ਭਗਵਾਨ ਜੀ ਦੀ ਇਹ ਦਰ ਦੇ ਉੱਤੇ ਕਿਰਪਾ ਹੈ, ਉਹਨਾਂ ਦਾ ਦਰ ਹੈ। ਉਹਨਾਂ ਮਹਾਂਪੁਰਖਾਂ ਨੇ ਸਾਧੂਆਂ ਦਾ ਝੁੰਡ ਬਣਾਇਆ, ਸਾਧੂਆਂ ਨੇ ਗਾਂ ਤਪੱਸਿਆ ਕਰਕੇ ਸਾਰਿਆਂ ਦਾ ਭਲਾ ਸੋਚਿਆ, ਦੁਨੀਆਦਾਰੀ ਨੂੰ ਨਾਮ ਬਾਣੀ ਨਾਲ ਜੋੜਦੇ ਨੇ। ਹੋਰ ਇੱਥੇ ਸਾਧੂ ਕੁਛ ਨਹੀਂ ਕਰਨ ਆਉਂਦੇ ਹੁੰਦੇ, ਸਾਧੂ ਸਾਰੇ ਨਗਰ ਨੂੰ ਸੰਗਤ ਨੂੰ ਇਲਾਕੇ ਨੂੰ ਨਾਮ ਜਪਾਉਣ ਵਾਸਤੇ ਆਉਂਦੇ ਆ। ਨਾਮ ਜਪਣਾ ਅਤੇ ਨਾਮ ਜਪਾਉਣਾ ਇਹੀ ਕੰਮ ਸੰਤਾਂ ਦਾ ਹੁੰਦਾ ਹੈ। ਗੁਰੂ ਮਹਾਰਾਜ ਨੇ ਡਿਊਟੀ ਲਾਈ ਹੁੰਦੀ ਹੈ, ਜੋ ਡਿਊਟੀ ਹੈ ਉਹ ਪੂਰਨ ਨਿਭਾਉਂਦੇ ਹਨ। ਅਸ ਇੱਕ ਸਾਧੂਆਂ ਦੇ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ, ਸਾਧਨ ਕੀ ਧੂਣੀ ਕਰੋ ਇਸ਼ਨਾਨ। ਇੱਕ ਮੈਂ ਤਾਂ ਸਾਧੂਆਂ ਦੀ ਧੂਣੀ ਦੀ ਇਸ਼ਨਾਨ ਹੈ, ਇੱਕ ਮਹਾਂਪੁਰਖਾਂ ਦੀ ਸ਼ਰਨ ਹੈ। ਮੈਂ ਤਾਂ ਕੁਛ ਵੀ ਨਹੀਂ ਹੈਗਾ ਸਾਧੂਆਂ ਮੂਹਰੇ, ਉਹਨਾਂ ਚਰਨਾਂ 'ਚ ਰਹਿ ਕੇ ਉਹਨਾਂ ਸੇਵਕ ਬਣ ਕੇ ਸੇਵਾ ਕਰ ਰਿਹਾ ਹਾਂ। ਮੋਹ ਭਾਵਨਾਵਾਂ ਸਭ ਦੀਆਂ ਮਾਰੇ ਪੂਰੀਆਂ ਕਰਨ, ਨਗਰ ਖੇੜੇ ਨੂੰ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ। ਮੋਬਾਈਲ 94170 36301 ਅਤੇ 98141 36301।